ਧੰਨ ਵਾਹਿਗੁਰੂ ਸਾਹਿਬ ਜੀ। ਬੇਸ਼ੁਮਾਰ ਬੇਅੰਤ ਸਵਾਮੀ ਸਤਿਕਾਰਯੋਗ ਸਤਸੰਗੀ ਜਨੋ,
ਆਪ ਸਰਬੱਤ ਸੰਗਤ ਵਟ ਭਾਗੇ ਹੋ, ਆਪ ਜੀ ਨੇ ਉਦਮ ਕੀਤਾ ਹੈ। ਸਤਿਗੁਰੂ ਗੁਰੂ ਹਰਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਆਪਾਂ ਸਾਰੇ ਹੀ ਜੁੜ ਮਿਲ ਕੇ ਬੈਠੇ ਹਾਂ, ਸ਼ਾਮਾਂ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਗੁਰੂ ਸ਼ਬਦ ਦੇ ਨਾਲ ਸਾਂਝ ਪਾ ਕੇ ਆਪਣੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਅਤੇ ਸਾਰਥਕ ਕਰਨ ਦਾ ਯਤਨ ਕਰ ਰਹੇ ਹਾਂ। ਮੇਰੇ ਤੋਂ ਪਹਿਲਾਂ ਗੁਰੂ ਪਿਆਰ ਵਾਲਿਆਂ ਨੇ ਆਪ ਜੀ ਨੂੰ ਬੜੇ ਅਦਬ ਸਤਿਕਾਰ ਸਹਿਤ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ। ਆਓ ਗੁਰੂ ਪਿਆਰ ਵਾਲਿਓ, ਜਿਤਨੇ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹਾਂ, ਮਰ ਬਿਰਤੀਆਂ ਨੂੰ ਕਰੀਏ ਇਕਾਗਰ, ਸਾਵਧਾਨ ਇਕਾਗਰ ਚੀਤ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਧੰਨ ਗੁਰੂ ਹਰਰਾਇ ਸਾਹਿਬ ਜੀ ਦੇ ਜੀਵਨ ਨੂੰ ਵੀ ਆਪਾਂ ਨਾਲ ਨਾਲ ਵਿਚਾਰਦਿਆਂ ਜਾਣਾ ਹੈ ਤੇ ਗੁਰੂ ਸ਼ਬਦ ਦੀ ਵੀ ਵਿਚਾਰ ਨਾਲ ਨਾਲ ਕਰਦੇ ਜਾਣੇ ਹਾਂ ਸਾਰਿਆਂ ਦੇ ਨਾਲ ਮਿਲ ਕੇ। ਤੇ ਇਸ ਵਾਸਤੇ ਪਹਿਲਾਂ ਮਨ ਬਿਰਤੀਆਂ ਦਾ ਇਕਾਗਰ ਹੋਣਾ ਬੜਾ ਜ਼ਰੂਰੀ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਵਚਨ ਹੈ ਸਾਵਧਾਨ ਇਕਾਗਰ ਚੀਤ। ਇਕਾਗਰਤਾ ਨੂੰ ਮੁੱਖ ਰੱਖ ਕੇ ਜੋ ਵੀ ਅਸੀਂ ਗੁਰੂ ਦੇ ਕੋਲ ਬੈਠ ਕੇ ਸਿੱਖਣਾ ਹੈ ਉਹਦੇ ਵਾਸਤੇ ਇਕਾਗਰਤਾ ਦਾ ਹੋਣਾ ਬੜਾ ਜ਼ਰੂਰੀ ਹੈ। ਜਿਤਨੇ ਸਰੀਰ ਬੈਠੇ ਹੋ ਮਨ ਬਿਰਤੀਆਂ ਕਰੋ ਇਕਾਗਰ, ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ। ਇੱਕ ਓਅੰਕਾਰ ਤੋਂ ਲੈ ਕੇ 1430 ਅੰਕ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਸ਼ਬਦ ਕੀਰਤਨ ਦੇ ਰਾਹੀਂ ਸਰਵਣ ਕਰਦੇ ਹਾਂ, ਜਾਂ ਅਸੀਂ ਕਥਾ ਵਿਚਾਰ ਦੇ ਵਿੱਚ ਵਿਖਿਆਨ ਸਰਵਣ ਕਰਦੇ ਹਾਂ, ਵਿਆਖਿਆ ਸਰਵਣ ਕਰਦੇ ਹਾਂ ਤੇ ਗੁਰੂ ਪਿਆਰ ਵਾਲਿਓ ਸਾਨੂੰ ਪਾਵਨ ਬਾਣੀ ਦਾ ਇੱਕ ਉਪਦੇਸ਼ ਮਿਲਦਾ ਹੈ। ਪਾਵਨ ਬਾਣੀ ਨੇ ਵਾਰ ਵਾਰ ਸਾਨੂੰ ਇਸ ਗੱਲ ਦਾ ਜ਼ਿਕਰ ਕਰਕੇ ਦੱਸਿਆ ਹੈ ਕਿ ਗੁਰ ਬਿਨ ਹੋਰ ਅਧਾਰ, ਗੁਰੂ ਬਿਨ ਸਮਝ ਨਾ ਆਵੇ। ਬੱਚੇ ਨੂੰ ਸਮਝ ਨਾ ਹੋਵੇ ਤੇ ਬੱਚੇ ਦੀ ਮਾਂ, ਬੱਚੇ ਦਾ ਪਿਤਾ ਕੋਲ ਬਿਠਾ ਕੇ ਉਹਨੂੰ ਸਮਝਾਉਂਦਾ ਹੈ, ਬੇਟਾ ਇਹ ਕੰਮ ਨਹੀਂ ਕਰਨਾ ਔਰ ਆਹ ਕੰਮ ਕਰਨਾ ਹੈ, ਇਸ ਕੰਮ ਕਰਨ ਦੇ ਵਿੱਚ ਲਾਭ ਹੈ, ਇਸ ਕੰਮ ਕਰਨ ਦੇ ਵਿੱਚ ਹਾਨੀ ਹੈ। ਜਿਵੇਂ ਇੱਕ ਮਾਂ ਬਾਪ ਆਪਣੇ ਬੱਚੇ ਨੂੰ ਸਿੱਖਿਆ ਦਿੰਦਾ ਹੈ, ਜਿਵੇਂ ਇੱਕ ਸਿਆਣਾ ਮਾਂ ਬਾਪ ਆਪਣੇ ਬੱਚੇ ਨੂੰ ਕੋਲ ਬਿਠਾ ਕੇ ਆਵਾਜ਼ ਦੇ ਕੇ ਬੜੇ ਸੋਹਣੇ ਢੰਗ ਨਾਲ, ਸੁਚੱਜੇ ਢੰਗ ਨਾਲ ਸਮਝਾਉਂਦਾ ਹੈ, ਬੇਟਾ ਇਹ ਕੰਮ ਕਰਨ ਤੋਂ ਬਾਅਦ ਜੀਵਨ ਹੈ, ਇਹ ਕੰਮ ਕਰੇਗਾ ਤੇ ਤੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ, ਇੱਕ ਸਿਆਣਾ ਮਾਂ ਬਾਪ ਆਪਣੇ ਬੱਚੇ ਨੂੰ ਇੱਦਾਂ ਸਮਝਾਉਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ, ਹੋ ਸਕਦਾ ਹੈ ਕੋਈ ਦੁਨੀਆ ਦਾ ਮਨੁੱਖ ਆਪਣੇ ਪਰਿਵਾਰ ਨੂੰ ਸਮਝਾ ਲਏ, ਗੁਆਂਢੀ ਨੂੰ ਸਮਝਾ ਲਏ, ਆਲੇ ਦੁਆਲੇ ਨੂੰ ਸਮਝਾ ਸਕਦਾ ਹੈ, ਇਸ ਤੋਂ ਇਲਾਵਾ ਸਾਰੀ ਦੁਨੀਆ ਨੂੰ ਤਾਂ ਨਹੀਂ ਸਮਝਾ ਸਕਦਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ, ਜਿਹਨੂੰ ਬਾਬੇ ਦੀ ਬਾਣੀ ਨੇ ਇੱਦਾਂ ਵੀ ਕਿਹਾ ਹੈ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚੋ ਵਰਨਾ ਕਹੋ ਸਾਡਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਸਾਂਝੇ ਤੌਰ ਤੇ ਸਭ ਨੂੰ ਆਵਾਜ਼ ਦੇ ਕੇ ਇੱਕ ਗੱਲ ਕਹੀ ਹੈ, ਕੀ ਕਿਹਾ ਹੈ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਪਿਆਰਿਓ ਲਫ਼ਜ਼ ਵਰਤ ਕੇ ਆਵਾਜ਼ ਦਿੱਤੀ, ਪਿਆਰਿਓ ਨੇੜੇ ਆਓ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਮਹਾਰਾਜ ਕੀ ਕਰੀਏ ਤੁਹਾਡੇ ਕੋਲ ਆ ਕੇ, ਸਤਿਗੁਰੂ ਜੀ ਕੀ ਕਰਨਾ ਹੈ ਤੁਹਾਡੇ ਕੋਲ ਆ ਕੇ, ਗਾਓ ਸੱਚੀ ਬਾਣੀ, ਮਹਾਰਾਜ ਕਿਤੇ ਬਾਣੀ ਗਾਉਣ ਵਾਸਤੇ, ਬਾਣੀ ਗਾਉਣ ਦਾ ਅਰਥ ਹੈ ਜ਼ੁਬਾਨ ਨਾਲ ਰੈਪੀਟੇਸ਼ਨ ਕਰਨਾ ਨਹੀਂ, ਮਕੈਨੀਕਲ ਰੈਪੀਟੇਸ਼ਨ, ਬਾਣੀ ਗਾਉਣ ਦੀ ਗੱਲ ਨਹੀਂ ਕੀਤੀ, ਮਹਾਰਾਜ ਕਿਤੇ ਗੁਰਮੁਖ ਰੋਮ ਰੋਮ ਹਰ ਧਿਆਵੇ, ਤੇਰੇ ਰੋਮ ਰੋਮ ਦੇ ਵਿੱਚੋਂ ਗੁਰਬਾਣੀ ਦੀ ਆਵਾਜ਼ ਆਵੇ, ਗੁਰਬਾਣੀ ਦੀ ਆਵਾਜ਼ ਰੋਮ ਰੋਮ ਦੇ ਵਿੱਚੋਂ ਆਉਣ ਦਾ ਮੀਨਿੰਗ ਇਹ ਹੈ ਅੱਖਾਂ ਨੂੰ ਸਹੀ ਵੇਖਣਾ ਆ ਜਾਏ, ਜ਼ੁਬਾਨ ਨੂੰ ਸਹੀ ਬੋਲਣਾ ਆ ਜਾਏ, ਹੱਥਾਂ ਨੂੰ ਸਹੀ ਕਾਰਜ ਕਰਨੇ ਆ ਜਾਣ, ਮਹਾਰਾਜ ਕਹਿੰਦੇ ਇਹ ਗੁਰਮੁਖ ਦਾ ਰੋਮ ਰੋਮ ਰੱਬ ਨੂੰ ਜਪਣ ਦੀ ਨਿਸ਼ਾਨੀ ਹੈ, ਜਿਹੜੀ ਬੇਨਤੀ ਕਰ ਰਿਹਾ ਸੀ ਗੁਰੂ ਪਿਆਰ ਵਾਲਾ। ਮਾਂ ਬਾਪ ਆਪਣੇ ਬੱਚੇ ਨੂੰ ਕੋਲ ਬਿਠਾ ਕੇ ਸਮਝਾਉਂਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਆਵਾਜ਼ ਦੇ ਕੇ ਕੋਲ ਬਿਠਾ ਕੇ ਬੜੇ ਪਿਆਰ ਦੇ ਨਾਲ, ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਨਾਲ ਮਨੁੱਖ ਦੀ ਜ਼ਿੰਦਗੀ ਦੀ ਅਸਲੀਅਤ ਦੱਸੀ ਹੈ।
मनुख जे तू सही ढंग नाल जिंदगी जीउणी चाहुंदा है ना ते तैनू गुरु तो बगैर कोई समझ नहीं आ सकदी। दुनिया नूं हनेरा दस्या है, समाज नूं हनेरा दस्या है, आले दुआले हनेरी रात दसी है, नाल बाबा कबीर साहब जी वर्गे विचारवाना ने सत पुरशां ने उच्ची आवाज विच आखिया भाई दुनिया हनेरा है, आला दुआला हनेरा है, ते जिस वक्त गुरु की जबान तो बाणी हुंदी है ना उस वक्त फिर बाबा कबीर साहब जी एक वचन करते ने, देखो भाई ज्ञान की आई आंधी। ज्ञान की हनेरी जिहड़ी है, गुरु के वचन जिहड़े ने, गुरु का उपदेश जिहड़ा है वह भरमां दीआं छन्नां उड़ा के लै जांदा है, वह भरमां दे परदे उठा दिंदा है, वह वहम भरम विचों कढ के सच का मार्ग दिखा दिंदा है। गुरु का वचन, गुरु की विचार, गुरु का सनात, गुरु की समझ जिहड़ी है जे कोई व्यक्ति उहनूं लैण वास्ते तैयार हो जाए तो मेरे मालिक जी कहिंदे वह तो भरम ही उड़ा के रख देंदे ने गुरु के वचन का। जिहड़ी बेनती करन लगा सी धन गुरु ग्रंथ साहिब महाराज जी की पावन बाणी का वचन साझा कर रहे थे, गुरबिन घोर अंधार। गुरु प्यार वाले हो, आप बाणी पढ़न सुनने वाले सारे बैठे हो, जदों भी दास गुरु के वचन सांझ पावेगा तुहाडे नाल ते तुसीं सारे ने नाल पढ़न का यत्न करना, गुरबिन घोर अंधार, गुरु बिन समझ ना आवे। एक बेनती करा, धन गुरु ग्रंथ साहिब जी की पावन बाणी ने जिहड़ा वचन किया साढ़े नाल, असीं उहनूं ध्यान दे नाल वाचन का यत्न करना है। जोत उहां जुगत शहर शह काया फेर पलटी है, दसां शरीरां नूं असीं गुरु मन्निया पर गुरु ग्रंथ साहिब महाराज जी की बाणी ने कहा शरीर दस ने पर जोत एक है, शरीर दस ने विचार एक है। गुरु नानक साहिब महाराज जी तो लैके गुरु गोबिंद सिंह महाराज सच्चे पातशाह जी तक एक विचारधारा का नाम एक जोत है। गुरबाणी अंदर इसका जिक्र किया गया, शरीर कायम पलटती है पर जोत विचार सिद्धांत सिक्ख्या मंत्र उपदेश उहदे विच कोई रत्ता मात्र फर्क नहीं है। चाहे गुरु नानक साहिब महाराज जी ने, चाहे गुरु हरराय साहिब जी ने, चाहे गुरु हरकृष्ण साहिब महाराज, तो चाहे गुरु हरगोबिंद साहिब महाराज, तो चाहे दसवें पातशाह साहिब श्री गुरु गोबिंद सिंह महाराज, सिद्धांत विच फर्क नहीं है। शरीर बदलते ने, सिद्धांत नहीं बदलता, शरीर बदलता है, विचारधारा नहीं बदलती। मैं जिहड़ी बेनती करन जा रहा सी गुरु प्यार वाले हो, गुरबिन घोर अंधार, गुरु नानक साहब जी तो लैके गुरु गोबिंद सिंह महाराज जी तक आप सियाने बैठे हो, सब ने जे इतिहास पढ़िया हो मुबारक है, जे नहीं पढ़िया तो सानू लोड़ है कि एक बार जरूर वाच के वेखना। किसी भी शरीर गुरु ने अपने नाल गुरु लफज नहीं लाया, असी सत्कार दे नाल धन गुरु नानक साहब महाराज जी कहने, असी सत्कार दे नाल गुरु हरराय साहब जी कहने, असी सत्कार दे नाल गुरु गोबिंद सिंह महाराज जी कहने। क्यों? अंधेरे विचों कढ़ के जिन्हां ने सानू चानण विच पाया सी इस वास्ते गुरु लफ्ज वरत्या। पर जदों असी उहनां गुरु साहिबानां दा इतिहास पढ़दे हां जां उहनां दी विचार पढ़दे हां ते धन गुरु नानक साहब महाराज दुनिया दे लोकां नूं उपदेश दिंदे, महाराज कहिंदे लोगो मैं गुरु नहीं है, जे तुसीं मैनूं पुछो कि तुहाडा गुरु कौन है ते धन गुरु नानक साहिब महाराज जी भी शब्द वाले पासे उंगल करदे ने। सिद्धां ने सवाल कीता, तेरा कवन गुरु जिसका तू चेला, महाराज तुहाडा गुरु कौन है, तुसीं चेले किसदे हो? उहनां समयां विच भी बड़े गुरु सी अपने आप नूं खवाउण वाले, बड़े चेले पहाड़ां दीआं धाड़ां पुरियां फिरदियां सी, बड़े तोले फिरदे सी टोलियां दे टोले। सिद्धां ने यह सोच के यह समझ के कि शायद जिवें असीं बड़े गुरु बनाए बड़े चेले बने ने, शायद ये फकीर का भी कोई गुरु होगा तो यह भी किसी का चेला होगा। सवाल किया, तेरा कवन गुरु जिसका तू चेला, मेरे मालिक जी ने बड़ा प्यारा जवाब दिता, शब्द गुरु पढ़ो जी सारे, शब्द गुरु सुरत कौन चेला, कहते मेरा गुरु शब्द है, मैं अपनी सुरत को अर्पित किया हुआ है, शब्द से मैं अर्पण कर दिता है अपनी सुरत को। मैं बेनती करा, जिस वक्त असी गुरु साहब जी के अगे नतमस्तक होंने हैं ना, मत्था टेकने का अर्थ यह होता है मेरे मालिक जी ये सोच मेरी अपनी नहीं काम करेगी, हूँ अज तो मैं थोड़े चरणों के शीस रख दिता मेरे मालिक जी, मेरी सोच अपनी नहीं है, मैं अज तो सोच के मुताबिक चलांगा,
ਅੱਜ ਤੋਂ ਅੱਗੇ ਮੈਂ ਤੁਹਾਡੇ ਬਚਨਾਂ ਮੁਤਾਬਕ ਚੱਲਾਂਗਾ ਮੇਰੇ ਮਾਲਕ ਜੀ। ਮੈਂ ਇਹ ਸਿਰ